ਇਸ ਦਫ਼ਤਰ ਦੇ ਆ ਕੇ ਫਸਟ ਫਲੋਰ ਤੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦੇ ਕੇ ਯਾਨੀ ਕਿ ਫਾਇਰਿੰਗ ਕਰਕੇ ਇਹ ਬੜੇ ਹੀ ਸ਼ਾਤਿਰ ਤਰੀਕੇ ਦੇ ਨਾਲ ਇੱਥੇ ਪਹੁੰਚਦੇ ਆ ਔਰ ਸ਼ਾਤਿਰ ਤਰੀਕੇ ਦੇ ਨਾਲ ਪੂਰੀ ਫਾਇਰਿੰਗ ਨੂੰ ਅੰਜਾਮ ਦੇ ਕੇ ਔਰ ਉਹ ਇੱਥੋਂ ਫਰਾਰ ਹੋ ਜਾਂਦੇ ਨੇ। ਤੁਹਾਨੂੰ ਦੱਸ ਦਈਏ ਕਿ ਇਹ ਇਹਨਾਂ ਨੇ ਰੂਟ ਕਿਹੜਾ ਲਿਆ, ਜਿਹੜੀ ਹੁਣ ਤੱਕ ਦੀ ਪੁਲਿਸ ਜਾਣਕਾਰੀ ਦਿੱਤੀ ਹੈ ਕਿ ਇਹਨਾਂ ਨੇ ਰੂਟ ਜਿਹੜਾ ਉਹ ਕਿਹੜਾ ਲਿਆ, ਉਹ ਤੁਹਾਨੂੰ ਥੋੜ੍ਹਾ ਦੱਸਣ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਹੁਣ ਤੱਕ ਦੀ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਇਸ ਪਾਸੇ ਤੋਂ ਆਏ ਸੀ ਔਰ ਇਸ ਪਾਸੇ ਤੋਂ ਆਏ ਸੀ ਕਿ ਇਹ ਰੋਡ ਅੰਦਰ ਨੂੰ ਜਾ ਰਿਹਾ ਔਰ ਇਸੇ ਪਾਸੇ ਤੋਂ ਆ ਕੇ ਇਸੇ ਪਾਸੇ ਇਹ ਬਾਈਕ 'ਤੇ ਸਵਾਰ ਜਿਹੜਾ ਕਾਲਜ ਇੱਕ ਕਾਲਜ ਰੋਡ ਕਹਿੰਦੇ ਇਹਨੂੰ ਔਰ ਬਿਲਕੁਲ ਪੁਲਿਸ ਸਟੇਸ਼ਨ ਜਿਹੜਾ ਹੈਗਾ ਇਸ ਬੈਕ ਸਾਈਡ 'ਤੇ ਪੁਲਿਸ ਸਟੇਸ਼ਨ ਹੈ 100 ਮੀਟਰ ਦੀ ਦੂਰੀ 'ਤੇ ਪੁਲਿਸ ਸਟੇਸ਼ਨ ਹੈ। ਬੜੇ ਹੌਸਲੇ ਬੁਲੰਦ ਕਹਿ ਸਕਦੇ ਹਾਂ ਅਸੀਂ ਕਿ ਜਿਹੜੇ ਵੀ ਬਦਮਾਸ਼ ਇੱਥੇ ਪਹੁੰਚੇ ਸੀਗੇ ਉਹਨਾਂ ਦੇ ਹੌਸਲੇ ਇੰਨੇ ਬੁਲੰਦ ਕਿ ਬਿਲਕੁਲ ਨਾਲ ਹੀ ਪੁਲਿਸ ਸਟੇਸ਼ਨ ਹੈ ਲੇਕਿਨ ਪੁਲਿਸ ਸਟੇਸ਼ਨ ਦੇ ਨਾਲ ਇਹ ਆਫਿਸ ਹੈ ਜਿੱਥੇ ਪੂਰਾ ਫਾਇਰਿੰਗ ਕਰਕੇ ਗਏ ਹੈ। ਕਿਸੇ ਵੀ ਤਰ੍ਹਾਂ ਦਾ ਡਰ ਨਹੀਂ, ਕਿਸੇ ਵੀ ਤਰ੍ਹਾਂ ਦਾ ਖੌਫ ਨਹੀਂ ਔਰ ਬੇਖੌਫ ਤਰੀਕੇ ਦੇ ਨਾਲ ਕਿਉਂਕਿ ਇਸ ਪਾਸੇ ਉਹ ਭੱਜੇ ਹੈ ਔਰ ਇਸ ਪਾਸੇ ਬਿਲਕੁਲ ਸਾਹਮਣੇ ਪੁਲਿਸ ਸਟੇਸ਼ਨ ਯਾਨੀ ਕਿ ਉਹ ਜਿਹੜਾ ਤੁਸੀਂ 100 ਮੀਟਰ ਦੇ ਬਿਲਕੁਲ ਸਾਹਮਣੇ ਜਿਹੜਾ ਪੁਲਿਸ ਸਟੇਸ਼ਨ ਹੈ ਯਾਨੀ ਕਿ ਬਦਮਾਸ਼ਾਂ ਦੇ ਹੌਸਲੇ ਇੰਨੇ ਬੁਲੰਦ ਹੈ ਕਿ ਉਹ ਫਾਇਰਿੰਗ ਕਰਕੇ ਭੱਜਦੇ ਹੈ। ਫਿਰੌਤੀ ਦੀ ਜਿਹੜੀ ਚਿੱਠੀ ਉਹ ਦੇ ਕੇ ਜਾਂਦੇ ਨੇ ਔਰ ਕਹਿ ਕੇ ਜਾਂਦੇ ਨੇ ਕਿ ਜੇਕਰ ਕੋਈ ਅਗਲੀ ਕਾਰਵਾਈ ਤੁਸੀਂ ਕਰਾਈ ਤਾਂ ਅਗਲੀ ਵਾਰ 6000 ਗੋਲੀਆਂ ਚੱਲਣਗੀਆਂ। ਸਿੱਧਾ ਧਮਕੀ ਜਿਹੜੀ ਹੈ ਉਹ ਦਿੱਤੀ ਗਈ ਹੈ, ਇਸਦੇ ਵਿੱਚ ਪੈਸੇ ਦੀ ਜਿਹੜੀ ਮੰਗ ਕੀਤੀ ਗਈ ਹੈ। ਹੁਣ ਪੁਲਿਸ CCTV ਦੇ ਨਾਲ ਨਾਲ ਹੋਰ ਵੀ ਚੀਜ਼ਾਂ ਦਾ ਜਿਹੜਾ ਖੁਲਾਸਾ ਕਰੇਗੀ ਕਿਉਂਕਿ ਹਜੇ ਤੱਕ ਕੋਈ ਗ੍ਰਿਫਤਾਰੀ ਇਸ ਪੂਰੇ ਮਾਮਲੇ 'ਚ ਨਹੀਂ ਹੈ ਲੇਕਿਨ ਦੱਸਿਆ ਜਾ ਰਿਹਾ ਕਿ ਜਿਹੜੀ ਬਾਈਕ 'ਤੇ ਆਈ ਸੀਗੀ ਉਹਦਾ ਬਾਈਕ ਦਾ ਨੰਬਰ ਵੀ ਮੌਜੂਦ ਨਹੀਂ ਸੀਗਾ। ਸਿੱਧਾ ਸਿੱਧਾ ਪੁਲਿਸ 'ਤੇ ਸਵਾਲੀਆ ਨਿਸ਼ਾਨ ਹੈ ਕਿ ਆਖਿਰ ਪੈਟਰੋਲਿੰਗ ਪੁਲਿਸ ਦੀ ਜਾਂ ਫਿਰ ਗਸ਼ਤ ਪੁਲਿਸ ਦੀ ਜਾਂ ਫਿਰ ਹੋਰ ਵੀ ਕਈ ਚੀਜ਼ਾਂ ਨੂੰ ਲੈ ਕੇ ਪੁਲਿਸ ਦਾ ਜਿਹੜਾ ਸਵਾਲੀਆ ਨਿਸ਼ਾਨ ਹੈ ਉਹ ਜ਼ਰੂਰ ਖੜਾ ਹੋ ਰਿਹਾ। ਇੱਕ ਇਮੀਗ੍ਰੇਸ਼ਨ ਦਫ਼ਤਰ ਦੇ ਵਿੱਚ ਫਾਇਰਿੰਗ ਹੋਈ ਹੈ ਔਰ ਕਰੀਬ 4 ਤੋਂ 5 ਜਿਹੜੀ ਫਾਇਰਿੰਗ ਕਰਕੇ ਇੱਥੋਂ ਫਰਾਰ ਹੋਏ ਨੇ। ਹਾਲਾਂਕਿ ਇੱਕ ਲੈਟਰ ਵੀ ਜਿਹੜਾ ਉਹਨਾਂ ਵੱਲੋਂ ਦਿੱਤਾ ਗਿਆ। ਤੁਹਾਨੂੰ ਦੱਸ ਦਈਏ ਪਹਿਲਾਂ ਇੱਕ ਕਿਸ ਤਰ੍ਹਾਂ ਉਹਨਾਂ ਨੇ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ। ਜਿਸ ਰੋਡ 'ਤੇ ਅਸੀਂ ਖੜੇ ਹਾਂ ਉਸੇ ਰੋਡ 'ਤੇ ਜਿਹੜੇ ਬਦਮਾਸ਼ ਸੀਗੇ ਬਾਈਕ 'ਤੇ ਆਏ। ਦੱਸਿਆ ਜਾ ਰਿਹਾ ਕਿ ਸਪਲੈਂਡਰ ਬਾਈਕ ਹੈ ਔਰ ਸਪਲੈਂਡਰ ਬਾਈਕ 'ਤੇ ਪੂਰਾ ਉਹਨਾਂ ਨੇ ਫੇਸ ਕਵਰ ਕੀਤਾ ਹੋਇਆ ਔਰ ਇਸੇ ਰੋਡ 'ਤੇ ਬਿਲਕੁਲ ਇਹ ਕਾਲਜ ਵਾਲਾ ਰੋਡ ਹੈ ਡੇਰਾ ਬਸੀ ਦਾ ਔਰ ਇਹਦੇ ਬਿਲਕੁਲ ਬੈਕ ਸਾਈਡ 'ਤੇ ਪੁਲਿਸ ਸਟੇਸ਼ਨ ਵੀ ਹੈ ਯਾਨੀ ਕਿ ਜਿੱਥੇ ਵਾਰਦਾਤ ਹੋਈ ਇਹਦੇ 100 ਮੀਟਰ ਦੀ ਦੂਰੀ 'ਤੇ ਪੂਰੀ ਵਾਰਦਾਤ ਹੋਈ ਔਰ ਉਸ ਤੋਂ ਬਾਅਦ ਇਸ ਪਾਸੇ ਯਾਨੀ ਕਿ ਇਸ ਪਾਸੇ ਬਾਈਕ ਖੜੀ ਕਰਕੇ ਬਿਲਕੁਲ ਸੇਮ ਇਸੇ ਪਾਸੇ ਬਾਈਕ ਖੜੀ ਕਰਕੇ ਫਸਟ ਫਲੋਰ ਬੜੇ ਨੇ ਯਾਨੀ ਕਿ ਜਿਹੜਾ ਐਜੂਕੇਸ਼ਨ ਪੁਆਇੰਟ ਹੈ ਉੱਥੇ ਬੜੇ ਨੇ ਅਤੇ ਉੱਥੇ ਇੱਕ ਰਿਸੈਪਸ਼ਨ 'ਤੇ ਜਿਹੜੀ ਲੇਡੀ ਬੈਠੀ ਸੀ ਉਸ ਨੂੰ ਲੈਟਰ ਦਿੱਤਾ ਗਿਆ। ਹੁਣ ਲੈਟਰ 'ਚ ਕੀ ਲਿਖਿਆ ਇਹ ਵੀ ਤੁਹਾਨੂੰ ਦੱਸ ਦਈਏ। ਸਾਡੇ ਕੋਲ ਐਕਸਕਲੂਸਿਵ ਮਨਜੀਤ ਸਿੰਘ ਗੁਰੀ ਖੇੜੀ ਗੁਜਰਾ ਤਿਹਾੜ ਜੇਲ੍ਹ ਸੇ ਬੋਲ ਰਹਾ ਗੁੜੀ ਇਹ ਖੋਕਾ ਚਾਹੀਏ ਇਸ ਅਬ ਕੀ ਬਾਰ 6 ਗੋਲੀਆਂ ਚਲੀ ਹੈ ਅਗਲੀ ਬਾਰ 6000 ਚਲੇਂਗੀ ਇਬ ਕੀ ਬਾਰ ਖਾਲੀ ਗੋਲੀਆਂ ਚਲਾਈ ਅਗਲੀ ਬਾਰ ਤੇਰੇ ਮੈਂ ਗੋਲੀ ਚੱਲੇਗੀ ਅਗਰ ਕੋਈ ਗਲਤੀ ਕਰੀ ਤੋ ਜਾਨ ਸੇ ਹਾਥ ਧੋ ਬੈਠੇਗਾ ਗੁਰੀ ਮਨਜੀਤ ਸਿੰਘ ਖੇੜੀ ਗੁਜਰਾ ਤਿਹਾੜ ਜੇਲ੍ਹ ਅਗਰ ਕੋਈ ਸ਼ੱਕ ਹੈ ਤੋ ਪਤਾ ਕਰ ਲਈਏ ਯੂਟਿਊਬ 'ਤੇ ਲੈ ਕਰ ਅਖਬਾਰਾਂ ਤੱਕ ਅਖਬਾਰਾਂ 'ਤੇ ਲੈ ਕੇ ਫੇਸਬੁੱਕ ਤੱਕ ਮਨਜੀਤ ਸਿੰਘ ਉਫ ਗੁਰੀ ਤਿਹਾੜ ਜੇਲ੍ਹ ਦਿੱਲੀ ਇਹ ਲੈਟਰ ਜਿਹੜੀ ਹੈਗੀ ਹੈ ਇਹ ਰਿਸੈਪਸ਼ਨ 'ਤੇ ਦੇ ਕੇ ਔਰ ਉਸ ਤੋਂ ਬਾਅਦ ਫਿਰ ਫਾਇਰਿੰਗ ਕਰਨ ਤੋਂ ਬਾਅਦ ਇਹ ਜਿਹੜੇ ਐਕਿਊਜ਼ ਸੀਗੇ ਜੋ ਬਦਮਾਸ਼ ਸੀਗੇ ਉਹ ਇੱਥੋਂ ਫਰਾਰ ਹੋ ਜਾਂਦੇ ਨੇ ਹਾਲਾਂਕਿ ਇਸੇ ਪਾਸੇ ਤੋਂ ਯਾਨੀ ਕਿ ਕਾਲਜ ਰੋਡ ਤੋਂ ਹੀ ਇਹ ਫਰਾਰ ਹੋ ਜਾਂਦੇ ਨੇ। ਹਾਲਾਂਕਿ CCTV ਜਿਹੜੀ ਦੱਸ ਰਹੀ ਹੈ ਕਿ ਵਿਦਾਊਟ ਹੈਲਮੈਟ ਪਹੁੰਚੇ ਸੀਗੇ ਔਰ ਪੂਰੀ ਜਿਹੜਾ ਕਹਿ ਸਕਦੇ ਹਾਂ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਖੌਫ ਨਹੀਂ ਕਿਸੇ ਵੀ ਤਰ੍ਹਾਂ ਦਾ ਬਿਲਕੁਲ ਪੂਰੀ ਬੇਖੌਫ ਤਰੀਕੇ ਦੇ ਨਾਲ ਆ ਕੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦੇ ਕੇ ਯਾਨੀ ਕਿ ਫਾਇਰਿੰਗ ਕਰਕੇ ਫਸਟ ਫਲੋਰ 'ਤੇ ਚੜ੍ਹ ਕੇ ਸਾਰੀ CCTV ਫੁਟੇਜ ਵੀ ਸਾਹਮਣੇ ਆਈ ਜਿਸ ਤਰ੍ਹਾਂ ਇਹ ਸਾਰੀ ਵਾਰਦਾਤ ਨੂੰ ਅੰਜਾਮ ਦੇ ਕੇ ਇੱਥੋਂ ਫਰਾਰ ਹੋ ਜਾਂਦੇ ਨੇ। ਹਾਲਾਂਕਿ ਹੁਣ ਪੁਲਿਸ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਕਰ ਰਹੀ ਹੈ ਇਹ ਪੂਰਾ ਜਿਹੜੇ ਜਿੱਥੋਂ ਇਹ ਗਏ ਹੈ ਉੱਥੇ ਜਿਹੜੀ ਪੁਲਿਸ ਨੇ CCTV ਖੰਗਾਲ ਰਹੀ ਹੈ ਲੇਕਿਨ ਹਜੇ ਤੱਕ ਕੋਈ ਗ੍ਰਿਫਤਾਰੀ ਇਸ ਮਾਮਲੇ 'ਚ ਨਹੀਂ ਹੈ। ਲੇਕਿਨ ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਜੁਲਾਈ ਦੇ ਵਿੱਚ ਵੀ
ਥੋੜਾ ਜਿਹਾ ਅੱਗੇ ਜਾ ਕੇ ਅਪੋਲੋ ਜਿਹੜਾ ਹਸਪੀਟਲ ਹੈ ਉੱਥੇ ਵੀ ਇੱਕ ਲੈਟਰ ਫਿਰੌਤੀ ਦੀ ਦੇ ਕੇ ਗਈ ਸੀ, ਹਾਲਾਂਕਿ ਉਹ ਕਾਬੂ ਕਰ ਲਏ ਗਏ ਸੀਗੇ, ਦੱਸੇ ਜਾ ਰਹੇ ਪੁਲਿਸ ਨੇ ਨਾਬਾਲਿਗ ਸੀਗੇ, ਲੇਕਿਨ ਹੁਣ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਕਿ ਆਖਿਰ ਇਹ ਕੌਣ ਨੇ, ਇਹ ਜਿਹੜੀ ਲੈਟਰ ਇਹਦੇ ਵਿੱਚ ਕਿੰਨੀ ਸੱਚਾਈ ਹੈ ਜਾਂ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਇਹ ਕੌਣ, ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਇਨਵੈਸਟੀਗੇਸ਼ਨ ਕਰਨ ਚੁੱਕੀ।